ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੇ ਵਲੌਗ ਦਾ ਆਗਾਜ਼ ਕਰਨੇ ਦੋਸਤੋ ਖਾਨ ਭਾਈ ਹੋਰਾਂ ਕੋਲ ਆਏ ਜੀ। ਅਸਲਾਮ ਅਲੈਕੁਮ ਮੇਰੇ ਵੀਰ ਭਰਾ ਜਿੰਨੇ ਵੀ ਹੈਗੇ ਨੂੰ, ਸਾਰਿਆਂ ਨੂੰ ਮੇਰੀ ਤਰਫੋਂ ਅਸਲਾਮ ਅਲੈਕੁਮ ਜੱਫਾ ਪਾ ਕੇ ਜੀ ਜੀ। ਤੇ ਮੈਨੂੰ ਬੜੀ ਖੁਸ਼ੀ ਹੋਈ, ਬੜੀ ਖੁਸ਼ੀ ਮੈਨੂੰ ਕਿ ਮੇਰੇ ਕੋਈ ਨਾ ਕੋਈ ਇੱਕ ਸਾਲ ਬਾਅਦ ਕੋਈ ਚੈਨਲ ਵਾਲਾ ਭਾਈ ਮੱਥੇ ਲੱਗਿਆ। ਇਹਦੀ ਵਜ੍ਹਾ ਵੀ ਦੱਸੋ। ਮੈਨੂੰ ਬੜੀ ਖੁਸ਼ੀ, ਮੈਂ ਜਿਹੜਾ ਕਹਿੰਦਾ ਮੈਂ ਥੋੜਾ ਪਰੇਸ਼ਾਨ ਹੋ ਗਿਆ ਸੀ ਹਾਂਜੀ ਇਸ ਵਜ੍ਹਾ ਤੋਂ, ਤੇ ਪਰੇਸ਼ਾਨ ਐਂ ਹੋ ਗਿਆ ਕਿ ਜਦੋਂ ਪੱਪੀ ਮੈਨੂੰ ਛੱਡ ਕੇ ਗਿਆ ਨਾ, ਤੇ ਮੈਨੂੰ ਯਾਰ ਦੋਸਤ ਵੀ ਸਾਰੇ ਛੱਡ ਗਏ, ਚੈਨਲ ਤੇ ਵੀ ਛੱਡ ਗਏ, ਵੇਖਣ ਵਾਲੇ ਵੀ ਛੱਡ ਗਏ, ਟੋਟਲ ਛੱਡ ਗਏ। ਠੀਕ ਹੈ, ਲੇਕਿਨ ਪੱਪੀ ਮਰਨਾ ਸੀ ਤੇ ਸਾਨੂੰ ਇਹਨਾਂ ਨੇ ਭੁੱਲਣਾ ਸੀ, ਇਹਨਾਂ ਵੀਰ ਭਰਾਵਾਂ ਨੇ, ਲੇਕਿਨ ਅਸੀਂ ਇਹਨਾਂ ਨੂੰ ਨਹੀਂ ਭੁੱਲੇ। ਅੱਜ ਵੀ ਅਸੀਂ ਇਹਨਾਂ ਨੂੰ ਮੁਹੱਬਤ ਕਰਨੇ, ਜੱਫਾ ਪਾ ਕੇ ਤੇ ਕਰਦੇ ਰਵਾਂਗੇ ਇਨਸ਼ਾਅੱਲਾ ਕਿਆਮਤ ਦਿਹਾੜੇ ਤੱਕ, ਜਿੰਨੇ ਚਿਰ ਸਾਡੀ ਜ਼ਿੰਦਗੀ ਹੈ ਸਾਹ ਚੱਲਦੇ ਨੂੰ ਇਨਸ਼ਾਅੱਲਾ। ਕਿ ਸਾਨੂੰ ਇਹਨਾਂ ਨਾਲ ਪਿਆਰ ਹੈ, ਸਾਨੂੰ ਇਹਨਾਂ ਇੱਜ਼ਤ ਦਿੱਤੀ ਹੈ, ਕਿ ਸਾਨੂੰ ਇਹਨਾਂ ਨੇ ਇੱਕ ਸਾਡੀ ਪਛਾਣ ਬਣਾਈ ਹੈ, ਤੇ ਸਾਨੂੰ ਸਭ ਤੋਂ ਵੱਡੀ ਅੱਲਾਹ ਤਾਲਾ ਦੀ ਇਹ ਨਿਹਮਤ ਹੈਗੀ ਹੈ ਕਿ ਸਾਨੂੰ ਇਹ ਅੱਲਾਹ ਨੇ ਇੱਜ਼ਤ ਦਿੱਤੀ ਹੈ, ਔਰ ਸਾਨੂੰ ਬੜੀ ਖੁਸ਼ੀ ਹੈ। ਤੇ ਰਹੀ ਗੱਲ ਸ਼ੌਂਕ ਸ਼ਿਕਾਰ ਦੀ, ਚਲੋ ਜੀ ਪੱਪੀ ਟੁਰ ਗਿਆ, ਬੜਾ ਦਿਲ ਰੋਇਆ ਪੱਪੀ ਮਰਨ 'ਤੇ, ਕਿਉਂ ਮੈਨੂੰ ਪੈਸੇ ਬਹੁਤ ਲੱਗੇ ਨੂੰ, ਬਹੁਤ ਪੈਸੇ ਲੱਗੇ ਨੂੰ, ਜਿਵੇਂ ਆਪਣੇ ਮਲਕ ਅੱਲਾਹ ਦਿੱਤਾ ਖੋਖਰ ਸਾਹਿਬ ਨੂੰ ਪੈਸੇ ਲੱਗੇ ਸਨ ਨਾ ਲਾਰੇ ਦੇ, ਅਤੇ ਉਹਨੇ ਨਹੀਂ ਵੇਚਿਆ ਸੀ। 45 ਲੱਖ ਰੁਪਇਆ ਮੈਂ ਨਾ ਰਖਾਉਂਦਾ, 45 ਲੱਖ ਰੁਪਇਆ ਲੱਗਿਆ ਸੀ ਮਲਕ ਅੱਲਾਹ ਦਿੱਤਾ ਖੋਖਰ ਨੂੰ। ਉਹਨੇ ਪੈਸੇ ਮੈਨੇ ਵੇਖਦੇ ਤਾਂ ਉਹਨੇ ਆਖਿਆ ਨਹੀਂ ਜੀ ਲਾਰਾ ਨਹੀਂ ਦੇਣਾ। ਅਤੇ ਉਹੀ ਗੱਲ ਸਾਡੀ ਹੈਗੀ ਕੀ ਸੀ ਕਿ ਲਾਰਾ ਮਾਸ਼ਾਅੱਲਾ 3-4 ਮੈਚ ਵਿਨਰ ਸੀ, ਬਹੁਤ ਅੱਛਾ ਜਾਨਵਰ ਸੀ, ਲੇਕਿਨ ਅੱਲਾਹ ਨੇ ਜੁਦਾ ਕਰ ਦਿੱਤਾ ਮਾਲਕ ਤੋਂ। ਔਰ ਉਹ ਸਾਡੇ ਪੱਪੀ ਦੀ ਹੈਗੀ ਸੀ ਗੱਲ ਕਿ ਜਿਹੜਾ ਕਿ ਸਾਨੂੰ ਉਹਨੇ ਪਛਾਣ ਦਿੱਤੀ ਸੀ। 18 ਲੱਖ ਰੁਪਇਆ ਵੀ ਮੈਨੂੰ ਲੱਗਿਆ ਸੀ ਪੱਪੀ ਦਾ, ਔਰ ਮੇਰੀ ਔਕਾਤ ਵਾਸਤੇ, ਮੇਰੀ ਸਿਹਤ ਵਾਸਤੇ, ਮੇਰੇ ਵਜ਼ਨ ਨਾਲੋਂ 18 ਲੱਖ ਦਾ ਵਜ਼ਨ ਵੀ ਜ਼ਿਆਦਾ ਸੀ, ਲੇਕਿਨ ਮੈਂ ਪੱਪੀ ਮੈਨੇ ਵੇਖਿਆ ਸੀ, ਮੈਂ ਪੈਸਾ ਮੈਨੇ ਨਹੀਂ ਵੇਖਿਆ ਸੀ। ਸਹੀ ਗੱਲ, ਬਹੁਤ ਬਹੁਤ ਪੈਸੇ ਲੱਗੇ। ਅਤੇ ਮੈਂ ਪਹਿਲੇ ਦਿਨ ਤੋਂ ਇਹ ਨੀਯਤ ਕੀਤੀ ਸੀ ਕਿ ਮੈਂ ਪੱਪੀ ਨੂੰ ਮੈਚ ਨਹੀਂ ਲੜਾਉਣਾ, ਔਰ ਮੈਂ ਉਹਨੂੰ ਨਹੀਂ ਤਪਾਇਆ, ਕੋਰਾ ਹੀ ਖਿਲਾ ਰਿਹਾ ਅਤੇ ਕੋਰਾ ਹੀ ਮਰਿਆ। ਇਹ ਮੈਂ ਚੈਲੰਜ ਨਾਲ ਕਹਿ ਸਕਣਾ ਕਿ ਮੇਰਾ ਪੱਪੀ ਕਿਧਰੋਂ ਹਾਰਿਆ ਨਹੀਂ, ਕਿਧਰੋਂ ਕਟੀਜਾ ਨਹੀਂ, ਮਰ ਗਿਆ। ਲੇਕਿਨ ਮੈਨੂੰ ਜਾਂਦਾ ਜਾਂਦਾ ਉਹ ਇੱਕ ਪੌਦਾ ਲਾ ਗਿਆ, ਔਰ ਦਾਦੇ ਦੀ ਸ਼ਕਲ 'ਚ ਲਾ ਕੇ ਗਿਆ, ਪਿਓ ਦੀ ਵੀ ਨਹੀਂ, ਪੜਦਾਦੇ ਦੀ ਵੀ ਨਹੀਂ, ਦਾਦੇ ਦੀ ਵੀ ਨਹੀਂ, ਪੜਦਾਦੇ ਦੀ। ਉਹਦਾ ਜਿਹੜਾ ਪੜਦਾਦਾ ਸੀ ਉਹ ਇਸ ਰੰਗ ਦਾ ਸੀ। ਹੁਣ ਮੈਂ ਬੱਚਾ ਇਨਸ਼ਾਅੱਲਾ ਤੁਹਾਨੂੰ ਵਿਖਾਵਾਂਗਾ, ਵੀਰ ਭਰਾਵਾਂ ਨੂੰ ਹਾਜ਼ਰ ਕਰਾਂਗਾ। ਠੀਕ ਹੈ, ਔਰ ਉਹਨੂੰ ਲੇਕਿਨ ਮੁਹੱਬਤ ਪੱਪੀ ਵਾਲੀ ਹੈ, ਔਰ ਪੱਪੀ ਤਰ੍ਹਾਂ ਹੀ ਉਹਨੇ ਮੇਰੇ ਨਾਲ ਮੁਹੱਬਤ ਕਰਨੀ। ਲੇਕਿਨ ਇਨਸ਼ਾਅੱਲਾ ਜਿਸ ਦਿਨ ਹੋ ਗਿਆ 2 ਸਾਲ ਦਾ, ਥੱਲੇ ਦੇ ਕੇ ਚੈਲੰਜ ਨਾਲ ਮੈਂ ਉਹਨੂੰ ਥੱਲੇ ਦੇ ਕੇ ਮੈਚ ਲੜਾਉਣਾ ਇਨਸ਼ਾਅੱਲਾ। ਔਰ ਮੈਨੂੰ ਕਈ ਵੀਰ ਭਰਾ ਆਉਂਦੇ ਕਿ ਪੱਪੀ ਲੜਦਾ ਨਹੀਂ ਗਾ, ਮੈਂ ਪੱਪੀ ਨੂੰ ਲੜਾਉਂਦਾ ਨਹੀਂ ਸਾਂ, ਪੱਪੀ ਲੜਦਾ ਸੀ, ਮੈਂ ਨਹੀਂ ਲੜਾਉਂਦਾ ਸਾਂ। ਔਰ ਪੱਪੀ ਦਾ ਬੱਚਾ ਇਨਸ਼ਾਅੱਲਾ ਕਿ ਅੱਜ ਵਾਲੀ ਤਰੀਕ ਵੇਖ ਲਓ, ਇਸੇ ਤਰੀਕ ਨੂੰ 2 ਸਾਲ ਬਾਅਦ ਇਨਸ਼ਾਅੱਲਾ ਚੈਲੰਜ ਨਾਲ ਮੈਂ ਪੱਪੀ ਨੂੰ, ਪੱਪੀ ਦੇ ਬੱਚੇ ਨੂੰ ਲੜਾਉਣਾ ਮੈਚ ਦੇ ਵਿੱਚ, ਔਰ ਥੱਲੇ ਦੇ ਕੇ ਲੜਾਉਣਾ ਇਨਸ਼ਾਅੱਲਾ। ਪੱਪੀ ਦੇ ਬੱਚੇ ਦਾ ਨਾਮ ਵੀ ਜਿਹੜਾ ਨਾ ਪੱਪੀ ਰੱਖੋ, ਠੀਕ ਹੈ? ਔਰ ਨਹੀਂ ਜੀ, ਪੱਪੀ ਦੇ ਬੱਚੇ ਦਾ ਨਾਮ ਰੱਖਿਆ ਮਿੱਠੂ। ਇਹ ਤੁਸੀਂ ਵੈਸੇ ਜਾਤੀ ਕੀਤੀ, ਕਿਉਂਕਿ ਪੱਪੀ ਦੀ ਕਮੀ ਜਿਹੜਾ ਨਾ ਪੂਰੀ ਨਹੀਂ ਹੋ ਸਕਦੀ। ਜਿਤਨਾ ਮਰਜ਼ੀ ਕੁਛ ਹੋ ਜਾਵੇ, ਜਿਤਨੀ ਚੇਂਜਿੰਗ ਲੈ ਆਵੋ, ਤੁਸੀਂ ਨਏ ਜਾਨਵਰ ਲੈ ਆਵੋ, ਚੰਗੇ ਤੋਂ ਚੰਗਾ ਲੈ ਆਵੋ, ਲੇਕਿਨ ਪੱਪੀ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਹ ਪੱਪੀ ਦਾ ਨਾਮ ਰੱਖਿਆ ਉਹਦੇ ਪੋਤਰੇ ਦਾ, ਪੱਪੀ ਦਾ ਪੋਤਰਾ ਹੈਗਾ ਇੱਕ, ਅੱਗੋਂ ਪੁੱਤਰ ਦਾ ਪੁੱਤਰ ਹੈ, ਤੇ ਜਿਹੜਾ ਪੱਪੀ ਦਾ ਜ਼ਾਤੀ ਪੁੱਤਰ ਹੈਗਾ ਉਹਦਾ ਨਾਮ ਰੱਖਿਆ ਮਿੱਠੂ। ਮਿੱਠੂ ਜੀ, ਸਹੀ ਹੈ। ਤੇ ਮੇਰੇ ਕੋਲ ਅੱਲਾਹ ਦਾ ਸ਼ੁਕਰ ਹੈ, ਸ਼ੌਂਕ ਸ਼ਿਕਾਰ ਅੱਜ ਵੀ ਹੈ, ਔਰ ਇਨਸ਼ਾਅੱਲਾ ਮੇਰੀ ਜ਼ਿੰਦਗੀ ਤੱਕ ਰਹੇਗਾ। ਠੀਕ ਹੈ,
ਇਹ ਇੱਜ਼ਤ ਜ਼ਿਲਤ ਇਹ ਸੋਹਣੇ ਰੱਬ ਦੇ ਕੋਲੇ, ਠੀਕ ਹੈ, ਰੱਜ ਭੁੱਖੇ ਜੋ ਵੀ ਉਹ ਅੱਲਾ ਦੇ ਕੋਲੇ, ਅੱਲਾ ਦੇ ਇਨਸ਼ਾਲਾ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਮੇਰਾ ਸ਼ੌਂਕ ਸ਼ਿਕਾਰ ਮੈਂ ਅੱਲਾ ਨੂੰ ਆਖਿਆ ਕਿ ਮੇਰੇ ਕੋਲ ਖਤਮ ਨਹੀਂ ਹੋਣ ਦੇਣੇ, ਸਹੀ, ਪਰ ਇਨਸ਼ਾਲਾ ਸ਼ੌਂਕ ਸ਼ਿਕਾਰ ਰਹੇਗਾ ਅੱਲਾ ਦੇ ਹੁਕਮ ਨਾਲ ਇਨਸ਼ਾਲਾ, ਔਰ ਲੜਾਉਣਾ ਵੀ ਹੈ ਅੱਲਾ ਦੇ ਹੁਕਮ। ਕਾਫੀ ਵੀਰ ਭਰਾ ਜਿਹੜਾ ਨਾ ਬੜੇ ਜ਼ਿਆਦਾ ਮਿਸ ਕਰ ਰਹੇ ਸਨ ਦੋਨੋਂ, ਕਹਿੰਦੇ ਸਨ ਵੀ ਨਾ ਸਾਨੂੰ ਵੀ ਬਹੁਤ ਜ਼ਿਆਦਾ ਫਰਮਾਇਸ਼ਾਂ ਆਈਆਂ, ਇਸ ਤੋਂ ਇਲਾਵਾ ਸਾਡਾ ਦਿਲ ਖੁਦ ਦਾ ਜਿਹੜਾ ਨਾ ਬੜਾ ਮੂਝ ਗਿਆ, ਲੇਕਿਨ ਉਹ ਥੋੜੀ ਮਸਰੂਫੀਅਤ ਨੂੰ ਵੇਖਦੇ ਹੋਇਆ ਨਾ ਫਿਰ ਆਪਣੀ ਕੋਈ ਮੁਲਾਕਾਤ ਨਾ ਹੋ ਸਕੀ, ਅਤੇ ਲਿਹਾਜ਼ਾ ਜਿਹੜਾ ਨਾ ਇਸ ਤਰ੍ਹਾਂ ਦੀ ਕੈਫੀਅਤ ਹੈ ਸੀ ਕਿ ਐਵੇਂ ਦਾ ਦਿਲ ਕਰਦਾ ਸੀ ਵੀ ਯਾਰ ਉਹ ਟਾਈਮ ਹੋਵੇ ਕਿ ਖਾਨ ਬਜ਼ੁਰਗਾਂ ਕੋਲ ਜਾਈਏ ਔਰ ਸ਼ੌਕ ਦੇਖੀਏ। ਅਤੇ ਜਦੋਂ ਪੱਪੀ ਦਾ ਸਾਨੂੰ ਪਤਾ ਚੱਲਿਆ ਕਿ ਪੱਪੀ ਜਿਹੜਾ ਨਾ ਮਰ ਗਿਆ ਦੋਸਤੋ, ਉਸ ਟਾਈਮ ਇਹੋ ਜਿਹੀ ਕੈਫੀਅਤ ਹੋਈ ਕਿ ਬਿਆਨ ਨਹੀਂ ਕਰ ਸਕਦੇ ਲਫਜ਼ਾਂ ਦੇ ਵਿੱਚ, ਬਹੁਤ ਜ਼ਿਆਦਾ ਦਿਲੋਂ ਅਫਸੋਸ ਹੋਇਆ। ਔਰ ਇੱਥੇ ਆਏ ਤਾਂ ਸਭ ਤੋਂ ਪਹਿਲੇ ਜ਼ਿਕਰ ਹੀ ਪੱਪੀ ਦਾ ਹੋਇਆ। ਵੇਖੋ ਜੀ, ਮੈਨੂੰ ਜਿੰਨਾ ਅਫਸੋਸ ਹੋਇਆ ਹੋਇਆ ਹੋਵੇਗਾ ਮੇਰੇ ਵੀਰ ਭਰਾਵਾਂ ਨੂੰ ਕਿ ਪੱਪੀ ਤੋਂ ਮੈਨੂੰ ਇਹ ਚੀਜ਼ ਲੱਭੀ ਸੀ ਕਿ ਪੱਪੀ ਤੋਂ ਮੈਨੂੰ ਪੱਪੀ ਦੀ ਖੁਦ ਦੀ ਵੀ ਮੁਹੱਬਤ ਲੱਭੀ ਸੀ ਔਰ ਅੱਗੋਂ ਵੀਰ ਭਰਾਵਾਂ ਦੀ ਵੀ ਮੁਹੱਬਤ ਲੱਭੀ ਸੀ ਔਰ ਪੱਪੀ ਨੇ ਮੇਰੀ ਇੱਕ ਐਸੀ ਪਛਾਣ ਕਰਵਾਈ ਸੀ, ਐਸੀ ਪਛਾਣ ਕਰਵਾਈ ਸੀ ਖੁਦਾ ਨਾ ਖਾਸਤਾ। ਔਰ ਜੇ ਮੈਂ ਕੱਲ੍ਹ ਨੂੰ ਚਲਾ ਵੀ ਜਾਂਦਾ, ਠੀਕ ਹੈ, ਮੌਤ ਜ਼ਿੰਦਗੀ ਦੱਲਾ ਕੋਲ ਕਿਹੜਾ ਮੈਂ ਵੀ ਪੱਕਾ ਪਰਮਿਟ ਲੈ ਕੇ ਆਇਆ, ਅਗਰ ਮੈਂ ਦੁਨੀਆ ਤੋਂ ਟੁਰ ਵੀ ਗਿਆ ਨਾ ਤਾਂ ਇੱਕ ਮੇਰੀ ਪਛਾਣ ਹੈ ਜਿਹੜੀ ਇਨਸ਼ਾਲਾ ਖੜੀ ਰਹਿਣੀ ਹੈ, ਖੜੀ ਰਹਿਣੀ। ਔਰ ਕਿਸ ਵਜ੍ਹਾ ਤੋਂ ਪਛਾਣ ਹੋਈ ਹੈ ਕਿ ਇੱਕ ਮੇਰੇ ਪੱਪੀ ਦੀ ਵਜ੍ਹਾ, ਪੱਪੀ ਦੀ ਵਜ੍ਹਾ ਤੋਂ, ਠੀਕ ਹੈ। ਔਰ ਇਨਸ਼ਾਲਾ ਜ਼ਰੂਰ ਅੱਲਾ ਦੇ ਹੁਕਮ ਨਾਲ ਇਨਸ਼ਾਲਾ ਸ਼ੌਂਕ ਸ਼ਿਕਾਰ ਰਹਿਣਾ ਔਰ ਰੱਖਣਾ ਔਰ ਕਰਨਾ। ਅਤੇ ਇਹ ਅੱਜ ਮੇਰਾ ਵੀਰ ਭਰਾ ਆਇਆ ਹੈ ਮਾਸ਼ਾਅੱਲਾ ਚੈਨਲ ਇਹਦਾ, ਇਹਨੂੰ ਜਿਹੜਾ ਹੈ ਕਿ ਲਾਇਕ ਵੀ ਕਰੋ, ਸ਼ੇਅਰ ਵੀ ਕਰੋ, ਜਿਹੜਾ ਕਿ ਅਜੇ ਬਹੁਤ ਪਿੱਛੇ ਹੈਗਾ ਕਿ ਮਾਸ਼ਾਅੱਲਾ ਆਸਤਾ ਆਸਤਾ ਸ਼ਹਿਜ਼ਾਦ ਭਾਈ ਦੇ ਨਾਲ ਆ ਕੇ ਟੱਚ ਹੋ ਜਾਵੇ ਜੀ। ਅਤੇ ਭਾਈ ਹੋਰਾਂ ਦਾ ਨਾਂ ਥੋੜ੍ਹਾ ਜਿਹਾ, ਅਲੀ ਅਕਬਰ ਵੱਟੂ ਵਲੋਗ ਜੀ, ਅਲੀ ਅਕਬਰ ਵੱਟੂ ਵਲੋਗ, ਹਾਂਜੀ, ਇਹਨੂੰ ਜਿਹੜਾ ਕਿ ਸ਼ੇਅਰ ਕਰੋ, ਲਾਇਕ ਕਰੋ, ਔਰ ਇਹਦੇ ਵਿੱਚ ਇੱਕ ਟੱਲੀ ਹੁੰਦੀ ਹੈ ਉਹ ਵੀ ਖੜਕਾਵਣੇ ਨਾ ਖੜਕੇ ਤੇ ਟੰਬਾ ਤਾਂ ਫਿਰ ਹੈ ਨਾ, ਟੰਬਾ ਫਿਰ ਕਿਤੇ ਨਹੀਂ ਗਿਆ। ਸਹੀ ਹੈ, ਚਲੋ ਬੜੀ ਮਿਹਰਬਾਨੀ ਖਾਨ ਭਾਈ। ਨਹੀਂ ਜੀ, ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਮੇਰੇ ਭਰਾ ਦਾ ਚੈਨਲ ਬਹੁਤ ਜਲਦੀ ਇਨਸ਼ਾਅੱਲਾ ਹੋਵੇਗਾ। ਤੇ ਮਾਸ਼ਾਅੱਲਾ ਚੈਨਲ ਕਾਫੀ ਵੀਡੀਓ ਬਣ ਕੇ ਗਈਆਂ ਨੇ ਇਥੋਂ ਜੀ ਜੀ। ਤੇ ਇਹ ਹਰ ਬੰਦੇ ਦਾ ਆਪਣਾ ਆਪਣਾ ਨਸੀਬ ਹੈ। ਮਾਸ਼ਾਅੱਲਾ ਸਭ ਤੋਂ ਪਹਿਲੇ ਆਏ ਸਨ ਗੋਰੀ ਸਾਹਿਬ ਜੀ, ਸਾਡੇ ਭਰਾ ਸਨ, ਹਾਂਜੀ, ਉਹਨਾਂ ਦਾ ਮਾਸ਼ਾਅੱਲਾ ਚੈਨਲ, ਫਿਰ ਮਾਸ਼ਾਅੱਲਾ ਵਜ਼ੀਰ ਅਲੀ ਸਾਹਿਬ ਆਏ। ਗੋਰੀ ਸਾਹਿਬ ਕਿਹੜੇ ਜੀ? ਇਹ ਤਲਾ ਗੋਰੀ ਸਾਹਿਬ, ਅੱਛਾ ਅੱਛਾ ਜੀ, ਹਾਂਜੀ, ਡੂੰਗੇ ਬੂੰਗੇ ਵਾਲੇ ਜੀ ਜੀ। ਤੇ ਉਸ ਤੋਂ ਬਾਅਦ ਮਾਸ਼ਾਅੱਲਾ ਵਜ਼ੀਰ ਅਲੀ ਸਾਹਿਬ ਆਏ, ਅੱਛਾ ਜੀ, ਔਰ ਉਸ ਤੋਂ ਬਾਅਦ ਸਾਡਾ ਇਹ ਪਿਆਰਾ ਭਾਈ ਆਇਆ ਕਿ ਜਿਹਨੇ ਸਾਡਾ ਐਂਡ ਤੱਕ ਸਾਥ ਰੱਖਿਆ। ਅੱਛਾ ਜੀ, ਬਾਕੀ ਉਹਨੇ ਕਿਹਾ ਜੀ ਪੀਰ ਜੀ ਗੁਰੂ ਬਹੁਤ ਚੇਲੇ ਬਹੁਤ ਹੋ ਗਏ ਗੁਰੂ ਜੀ, ਉਹਨੇ ਆਖਿਆ ਭੁੱਖ ਮਰਦੇ ਸਾਰੇ ਨਸ ਜਾਣ, ਇਸ ਬੰਦੇ ਨੇ ਸਾਡਾ ਸਾਥ ਨਹੀਂ ਛੱਡਿਆ ਸ਼ਹਿਜ਼ਾਦ ਭਾਈ ਨੇ। ਅੱਲਾ ਇਹਨੂੰ ਜ਼ਿੰਦਗੀ ਦੇਵੇ, ਅੱਲਾ ਇਹਨੂੰ ਸਿਹਤ ਤੰਦਰੁਸਤੀ ਦੇਵੇ, ਸਾਡੀ ਦਿਲੀ ਦੁਆ ਇਹਦੇ ਨਾਲ, ਠੀਕ ਹੈ। ਇਹਨੇ ਇੱਕ ਸੱਕੇ ਬਾਈਆਂ ਵਾਲਾ ਸਾਡੇ ਨਾਲ ਰਿਸ਼ਤਾ ਨਿਭਾਇਆ ਹੈ, ਠੀਕ ਹੈ, ਬਿਲਕੁਲ। ਔਰ ਵੇਖੋ ਵੀ ਐਂਡ ਤੱਕ ਨਿਭਾਉਂਦਾ ਆਉਂਦਾ, ਇਹਨੇ ਮੈਨੂੰ ਕਾਲਾ ਕੀਤੇ ਨੂੰ, ਮੈਂ ਮਸਰੂਫ ਸਾਂ, ਪਰੇਸ਼ਾਨ ਸਾਂ, ਮੇਰੇ 4-5 ਜਾਨਵਰ ਜ਼ਾਇਆ ਹੋ ਗਏ, ਸਹੀ ਹੈ, ਉਹਨਾਂ ਦੀ ਵਜ੍ਹਾ ਤੋਂ ਬੜਾ ਅਫਸੋਸ ਹੋਇਆ ਬਾਈ ਜਾਨ ਜੀ। ਤੇ ਕੋਈ ਨਹੀਂ, ਅੱਲਾ ਪਾਕ ਹੋਰ ਦੇ ਸੀ ਜੀ, ਅੱਲਾ ਦੀ ਮਾਨਤ ਹੁੰਦੀ ਹੈ, ਨਹੀਂ ਅੱਖਾਂ ਤਾਂ ਰੋਂਦੀਆਂ ਹੀ ਰੋਂਦੀਆਂ ਨੂੰ, ਬਲਕਿ ਦਿਲ ਬਹੁਤ ਰੋਇਆ ਜੀ, ਉਹ ਦਿਲ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਅੱਖਾਂ ਦੇ ਵਿੱਚ ਵਾਸਤੇ ਸਭ ਬੰਦਾ ਵੇਖ ਲੈਂਦਾ ਜੀ, ਤੋਰ ਜਾਏ ਤਾਂ ਬਿਲਕੁਲ ਜੀ। ਉਹ ਜਿਹੜਾ ਕਿ ਇੱਕ ਪਛਾਣ ਹੋਈ ਸੀ ਉਹਦੀ ਵਜ੍ਹਾ ਤੋਂ ਮੈਂ ਬਹੁਤ ਪਰੇਸ਼ਾਨ ਹੋਇਆ ਸਾਂ, ਤੇ ਇਨਸ਼ਾਅੱਲਾ ਜੀ ਅੱਲਾ ਦੀ ਜ਼ਾਤ ਪਾਕ ਤੁਹਾਡੇ ਚੈਨਲ ਨੂੰ ਵੀ ਜਿਹੜਾ ਕਿ ਆਮੀਨ ਅੱਲਾ ਦੇ ਹੁਕਮ ਨਾਲ ਖਾਨ ਭਾਈ।
ਡੋਡੀ ਮੁਹਬਤਾਂ ਨਾਲ ਜਾਂ ਦੇਖਣ ਵਾਲੇ ਵੀਰ ਬਰਾ ਜਿੰਨੇ ਵੀ ਨੇ ਜੀ ਉਹਨਾਂ ਦੀ ਮੁਹਬਤਾਂ ਨੇ ਜੀ ਤੇ ਬਿਲਕੁਲ ਡੋਡੀ ਗੱਲ ਠੀਕ ਹੈ ਜੀ। ਖਾਨ ਬਾਈ ਆਪਣਾ ਰਿਸ਼ਤਾ ਜਿਹੜਾ ਨਾ ਇੱਕ ਵੀਡੀਓ ਦੇ ਹੱਦ ਤੱਕ ਨਹੀਂ ਹੈ ਬਲਕਿ ਆਪਣਾ ਜਿਹੜਾ ਤਲਕ ਹੈ ਨਾ ਜੀ ਉਹ ਇੱਕ ਬਾਈਆਂ ਵਾਲਾ ਸਕੇ ਬਾਈਆਂ ਵਾਲਾ ਜੀ ਜੀ ਬਿਲਕੁਲ ਤਲਕ ਵੀ ਤੁਸੀਂ ਇਹ ਹਿਸਾਬ ਦੇ ਰੱਖਿਆ ਹੈ ਬਾਕੀ ਸਭ ਛੱਡ ਗਏ ਬੱਜ ਗਏ ਤਾਰੀਆਂ ਵੱਟ ਗਏ ਜੀ ਲੇਕਿਨ ਇਨਸ਼ਾਅੱਲਾ ਇਨਸ਼ਾਅੱਲਾ ਮਰਦੇ ਦਮ ਤੱਕ ਆਪਣਾ ਤਲਕ ਤਾਂ ਹਯਾਤ ਰਹੇਗਾ ਔਰ ਇਨਸ਼ਾਅੱਲਾ ਦੁਨੀਆ ਦੇ ਪੂਰੀ ਦੇ ਸਾਹਮਣੇ ਰਹੇਗਾ ਤੇ ਚੰਗੇ ਮਾੜੇ ਵਕਤ ਚੰਗੇ ਮਾੜੇ ਹਾਲਾਤ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਨੇ ਉਤਾਰ ਚੜਾਓ ਆਉਂਦੇ ਰਹਿੰਦੇ ਨੇ ਜਨਾਬ ਤੇ ਇਨਸ਼ਾਅੱਲਾ ਆਪਣਾ ਸਾਥ ਇਵੇਂ ਹੀ ਰਹੇਗਾ ਜੀ ਤੇ ਜਿਹੜੇ ਆਪਣੇ ਵੀਰ ਭਰਾ ਹੈਗੇ ਨੇ ਆਪਾਂ ਨੂੰ ਦੇਖਣ ਵਾਲੇ ਨੇ ਆਪਾਂ ਨੂੰ ਪਿਆਰ ਕਰਨ ਵਾਲੇ ਨੇ ਇਹ ਵੀ ਹਮੇਸ਼ਾ ਤੋਂ ਆਪਣੇ ਨਾਲ ਨੇ ਤੇ ਵੀ ਕਦੇ ਸਾਥ ਨਹੀਂ ਛੱਡਣਗੇ ਹੁਣ ਵੇਖੋ ਮੇਰਾ ਜ਼ਾਤੀ ਚੈਨਲ ਹੈਗਾ ਕਿ ਮੈਂ ਇਹ ਉਹਦੇ ਤੇ ਤਕਰੀਬਨ 4-5 ਮਹੀਨਿਆਂ ਤੋਂ ਮੈਂ ਨਹੀਂ ਕੰਮ ਕਰ ਰਿਹਾ ਜੀ 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 ਲੇਕਿਨ ਉਹ ਮਾਸ਼ਾਅੱਲਾ ਚੱਲਿਆ ਖਲੋਤਾ ਹੈ ਤੇ ਉਹ ਵੀਰ ਭਰਾਵਾਂ ਦੀ ਮੁਹੱਬਤ ਹੈਗੀ ਤੇ ਚੱਲਿਆ ਖਲੋਤਾ ਨਵੀਂ ਵੀਡੀਓ ਤਾਂ ਮੈਂ ਕੋਈ ਵੀ ਨਹੀਂ ਲਾਈ ਜੀ ਜੀ ਔਰ ਇਨਸ਼ਾਅੱਲਾ ਕਿ ਅੱਲਾ ਦੇ ਹੁਕਮ ਨਾਲ ਅੱਜ ਤੋਂ ਮੈਂ ਉਹਦੇ ਤੇ ਵੀਡੀਓ ਲਾਉਣੀ ਆ ਸ਼ੁਰੂ ਕਰਾਂਗਾ ਔਰ ਮੁਸਲਸਲ ਬੇਨਾਗਾ ਉਹਦੇ ਤੇ ਵੀਡੀਓ ਮੈਂ ਇਨਸ਼ਾਅੱਲਾ ਲਾਵਾਂਗਾ ਆਪਣਾ ਸ਼ੌਂਕ ਸ਼ਿਕਾਰ ਵਿਖਾਵਾਂਗਾ ਵੀਰ ਭਰਾਵਾਂ ਨੂੰ ਕਿਵੇਂ ਜਵਾਨ ਹੋਣਗੇ ਕਿਵੇਂ ਲੜਨਗੇ ਅੱਗੇ ਜਾ ਕੇ ਠੀਕ ਹੈ ਇਨਸ਼ਾਅੱਲਾ ਸਾਰੇ ਮੇਰੇ ਵੀਰ ਭਰਾਵਾਂ ਨੂੰ ਮੈਂ ਸ਼ੌਂਕ ਵਿਖਾਵਣਾ ਕਿ ਬੱਚਾ ਅਸੀਂ ਪਾਲੀਂਦਾ ਅਸੀਂ ਤਿਆਰ ਕਰੀਂਦਾ ਔਰ ਇਸ ਤਰੀਕੇ ਤੇ ਜਾ ਤੇ ਇਸ ਉਮਰ ਚ ਜਾ ਕੇ ਉਹਨੇ ਲੜਨਾ ਖਾਨ ਬਈ ਹੁਣ ਆਪਾਂ ਪਹਿਲੇ ਸਭ ਤੋਂ ਜਾਣੇ ਜੀ ਰੋਕੀ ਮੈਂਟਲ ਦੀ ਤਰਫ ਤੇ ਉਹਦਾ ਸ਼ੌਕ ਕਰਾਨੇ ਵੀਰ ਭਰਾਵਾਂ ਨੂੰ ਗਰਮੀ ਵੀ ਬਹੁਤ ਪਈ ਹੈ ਬਹੁਤ ਗਰਮੀ ਪਈ ਹੈ ਗਰਮੀ ਬਾਈ ਇਧਰ ਪੂਰਾ ਜ਼ਿੰਦਗੀ ਦੇਵੇ ਇਹ ਸੀਜ਼ਨ ਦੇ ਵਿੱਚ ਇਹਨੇ ਜਿਹੜਾ ਕਿ ਤਿਆਰ ਹੋ ਕੇ ਸ਼ੌਂਕ ਕਰਨਾ ਇਹਨੂੰ ਖੋਲੋ ਨਜ਼ਰ ਆ ਇਧਰ ਆ ਪੱਪੀ ਦਾ ਖੁੱਲਣ ਤੋਂ ਪਹਿਲੇ 4-5 ਜੰਪ ਮਾਰਦਾ ਤੇ ਇਹੋ ਜਿਹੇ ਜੰਪ ਮਾਰਦਾ ਵੀ ਜਿਹੜੀਆਂ ਨੂੰ ਜੀ ਪੱਪੀ ਉਹਨਾਂ ਦੀਆਂ ਬੋਤਲਾਂ ਅੱਛਾ ਜੀ ਇਹ ਜਿਹੜੀਆਂ ਬੋਤਲਾਂ ਲੱਗੀਆਂ ਹਨ ਨਾ ਉਹਨਾਂ ਨੂੰ ਅੱਛਾ ਅੱਜ ਤੱਕ ਕਿਵੇਂ ਲੜਕੀਆਂ ਖੜਤੇ ਨੇ ਉਹਨਾਂ ਦੀਆਂ ਨਿਸ਼ਾਨੀਆਂ ਆ ਜਾਈਆਂ ਨਿਸ਼ਾਨੀਆਂ ਜਿਹੜਾ ਨਾ ਅਜੇ ਤੱਕ ਜ ਮੌਜੂਦ ਨੇ ਲਓ ਜੀ ਦੋਸਤੋ ਰੋਕੀ ਮੈਂਟਲ ਨੂੰ ਛੱਡ ਤੇ ਤੇ ਲਿਆਂਦਾ ਜੀ ਸਾਈਡ ਤੇ ਤੇ ਹੁਣ ਇਹਦਾ ਚੰਗੀ ਤੁਹਾਨੂੰ ਅੱਛੀ ਤਰ੍ਹਾਂ ਤਾਰਫ ਕਰਵਾਉਂਦੇ ਹਾਂ ਜੀ ਖਾਨ ਬਈ ਆਪਣੇ ਕੁਛ ਵੀਵਰਸ ਜਿਹੜਾ ਨਾ ਉਹ ਨਵੇਂ ਆਏ ਹੋਣਗੇ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ ਤੇ ਇਹਦੀ ਡਿਟੇਲ ਦੱਸੋ ਇਹਦੀ ਕਿਤਨੀ ਉਮਰ ਹੋ ਗਈ ਇਹਦੀ ਹਾਈਟ ਕਿਤਨੀ ਹੈ ਇਹ ਜੀ 2.5 ਸਾਲ ਹੋ ਗਿਆ ਅੱਛਾ 31 ਪਲੱਸ ਹੈਟ ਇਹਦੀ ਅੱਛਾ ਜੀ ਲੇਕਿਨ ਇਹ ਗਰਮੀ ਨਾਲ ਥੋੜਾ ਜਿਹਾ ਟੁੱਟ ਗਿਆ ਗਰਮੀ ਬਹੁਤ ਹਾਈ ਲੈਵਲ ਦੀ ਗਰਮੀ ਸੀ ਅਲਰਜੀ ਹੋ ਗਈ ਸੀ ਇਹ ਦੇਖੋ ਅੱਲਾ ਕਿਤਾ ਹੁਣ ਠੀਕ ਹੈ ਮਾਸ਼ਾਅੱਲਾ ਔਰ ਇਨਸ਼ਾਅੱਲਾ ਕਿ ਇਹ ਚੰਦ ਦਿਨਾਂ ਦੇ ਵਿੱਚ ਬਿਲਕੁਲ ਆਦੀ ਸੈਟਿੰਗ 'ਤੇ ਆਵੇਗਾ ਜੀ ਇਨਸ਼ਾਅੱਲਾ ਸ਼ੌਂਕ ਕਰਾਂਗੇ ਅੱਲਾ ਦੇ ਹੁਕਮ ਨਾਲ ਜੀ ਸਹੀ ਹੈ ਹਾਂਜੀ ਰੋਕੀ ਮੈਂਟਲ ਰੋਕੀ ਮੈਂਟਲ ਇਹਦਾ ਨਾਮ ਜੀ ਜੀ ਇਹਦਾ ਨਾਮ ਰੋਕੀ ਮੈਂਟਲ ਹੈ ਜੀ ਰੋਕੀ ਮੈਂਟਲ ਦਾ ਮੇਨ ਰੱਖਣ ਦਾ ਮਕਸਦ ਕੀ ਸੀ ਵੀ ਇਹਦਾ ਨਾਮ ਰੋਕੀ ਮੈਂਟਲ ਰੱਖਿਆ ਜਾਵੇ ਇਹ ਮੈਂਟਲ ਹੈ ਜੀ ਇਹਨੂੰ ਹੁਣ ਕੋ ਥੋੜਾ ਜਿਹਾ ਜ਼ਿਆਦਾ ਗਰਮੀ ਕਰ ਲਵਾਂ ਦੇ ਜਿਹੜਾ ਕਿ
ਤੁਹਾਡੇ ਨਾਲ ਇਤਨਾ ਪਿਆਰ ਹੀ ਨਹੀਂ ਸੀ ਇਹਦਾ, ਹੁਣ ਕਿਵੇਂ ਬਣ ਗਿਆ ਇਹਦਾ? ਬਸ ਫਿਰ ਪਿਆਰ ਦੀ ਚੀਜ਼ ਹੈ ਜੀ, ਪਿਆਰ ਕਰੋ ਤੇ ਪਿਆਰ ਖਾਮਖਾ ਕਰ ਜਾਂਦੇ ਨੇ। ਇਤਨਾ ਇਤਨਾ ਤਾਂ ਨਹੀਂ ਪਿਆਰ ਕਰਦਾ ਸੀ ਤੁਹਾਨੂੰ, ਤਾਂ ਆਪਣਾ ਮਤਲਬ ਦੁਸ਼ਮਣ ਹੀ ਸਮਝਦਾ ਸੀ ਇਸ ਤਰ੍ਹਾਂ, ਕਿਉਂਕਿ ਉਸ ਟਾਈਮ ਮੈਂ ਨਾ ਪੱਪੀ ਹੋਰੀ ਸਨ ਤੇ ਹੁਣ ਉਸ ਟਾਈਮ ਸੁਲਾ ਨਹੀਂ ਸੀ, ਹੁਣ ਸੁਲਾ ਹੋ ਗਈ ਤੁਹਾਡੀ। ਹੈ ਲਓ ਜੀ ਦੋਸਤੋ, ਰੌਕੀ ਮੈਂਟਲ ਨੂੰ ਵਾਕ ਕਰਵਾ ਰਹੇ ਤੇ ਗਰਮੀ ਬਹੁਤ ਜ਼ਿਆਦਾ, ਖਾਣ ਪੀਣ ਵਿੱਚ ਕਿਵੇਂ ਦੱਸ ਰਹੇ ਨਾ, ਸੇਮ ਟੂ ਸੇਮ ਇਹੀ ਗੱਲ ਹੈ ਜੀ। ਗਰਮੀ ਦੀ ਸ਼ਿੱਦਤ ਦੇ ਵਿੱਚ ਆਏ ਦਿਨ ਇਜ਼ਾਫਾ ਹੀ ਹੋਇਆ, ਕਮੀ ਨਹੀਂ ਹੋਈ, ਅਤੇ ਇਹੋ ਜਿਹੀ ਗਰਮੀ ਸੀ ਵੀ ਰਿਕਾਰਡ ਕਾਇਮ ਗਰਮੀ ਸੀ ਜੀ, ਅਤੇ ਬਹੁਤ ਹੀ ਜ਼ਿਆਦਾ ਜਾਨਵਰਾਂ ਦੀ ਕੰਡੀਸ਼ਨ ਡਾਊਨ ਹੋਈ, ਇਨਸਾਨਾਂ ਦੀ ਵੀ ਕੰਡੀਸ਼ਨ ਬਹੁਤ ਜ਼ਿਆਦਾ ਡਾਊਨ ਹੋਈ ਜੀ, ਅਤੇ ਲਿਹਾਜ਼ਾ ਹੁਣ ਜਿਹੜਾ ਨਾ ਇਨਸ਼ਾਅੱਲਾ ਜਿਵੇਂ ਮੌਸਮ ਠੀਕ ਹੋਵੇਗਾ ਅਤੇ ਫਿਰ ਠੀਕ ਹੋ ਜਾਏਗਾ ਜੀ ਬਿਲਕੁਲ। ਚਲੋ ਪਿਆਓ ਪਾਣੀ, ਕੋਈ ਮਸਲਾ ਨਹੀਂ। ਹਾਂਜੀ ਅਰਸ਼ਦ ਬਾਈ, ਕੀ ਚੱਕੀ ਫਿਰਦੇ ਹੋ ਬਾਈ? ਅੱਛਾ ਲੱਕੜਾਂ ਲੈ ਤੇ ਆ ਰਹੇ ਹੋ, ਸਹੀ ਹੈ ਜੀ। ਦੋਸਤੋ ਅਰਸ਼ਦ ਬਾਈ ਜਿਹੜਾ ਲੱਕੜਾਂ ਲੈ ਤੇ ਆ ਰਹੇ ਨੇ ਜੀ, ਇਸ ਤਰ੍ਹਾਂ ਕੀ ਉੱਧਰ ਰੱਖੀਆਂ ਹੋਈਆਂ ਨੇ? ਹਾਂਜੀ ਰੱਖੀਆਂ। ਅੱਛਾ ਅੱਛਾ ਸਹੀ ਹੈ। ਦੇਖੋ ਦੋਸਤੋ ਸਾਹਮਣੇ ਚੱਲ ਰਿਹਾ ਜੀ ਟਿਊਬਵੈਲ, ਰੌਕੀ ਮੈਂਟਲ ਆ ਗਿਆ ਜੀ ਟਿਊਬਵੈਲ 'ਤੇ, ਹੁਣ ਇਹਨੂੰ ਉੱਥੇ ਪਾਣੀ ਪਿਲਾਇਆ ਜਾਏਗਾ ਜੀ। ਦੋਸਤੋ ਸੀਨ ਚੈੱਕ ਕਰੋ ਜੀ ਪਿੰਡਾਂ ਦੇ, ਅਤੇ ਕਿਆ ਹੀ ਜ਼ਬਰਦਸਤ ਸੀਨ ਇਹਨੂੰ ਦੋਸਤੋ, ਰੌਕੀ ਮੈਂਟਲ ਦੀ ਵੀ ਐਂਟਰੀ ਹੋ ਰਹੀ ਹੈ ਜੀ ਟਿਊਬਵੈਲ 'ਤੇ। ਦੋਸਤੋ ਅੱਜ ਦੀ ਵੀਡੀਓ ਦਾ ਐਂਡ ਕਰਨੇ, ਮਿਲਣੇ ਨੈਕਸਟ ਵੀਡੀਓ ਨਾਲ, ਆਪਣਾ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ, ਬਹੁਤ ਜ਼ਿਆਦਾ ਪਿਆਰ, ਅੱਲਾ ਹਾਫਿਜ਼।